जिहड़ी ये चैंपियनशिप आ इह आपां तुहानूं पता मेला आपां एशिया दा सब तों बड़ा डेयरी शो करदे आं। ये सारे फार्मरां दी मंग सी वी कुछ साढ़े जानवर आ जिहड़े वो दसंबर च सू पैंदे आ, नवंबर जिहड़े नवंबर च सूंदे आ दसंबर तक, फिर फरवरी तक आ के वो उहनां दा टाइम चला जांदा कंपीटीशन लड़न दा। तो इस करके आपां सारयां दे कहिण ते इह चैंपियनशिप करा रहे हैं, तो इहदे नूं तुसीं भरवां हुंगारा दिओ ਤਾਂ ਕਿ ਜਿਹੜੇ ਇਹਦੇ ਵਿੱਚ ਪਾਰਟਿਸਪੇਟ ਜ਼ਿਆਦਾ ਤੋਂ ਜ਼ਿਆਦਾ ਕਰੋ, ਕਿਉਂਕਿ ਜਿਨ੍ਹਾਂ ਦੇ ਜਾਨਵਰ ਸੂਏ ਆ ਉਹ ਇਹਦੇ ਵਿੱਚ ਜ਼ਰੂਰ ਲੈ ਕੇ ਆਉਣ, ਕਿਉਂਕਿ ਜਿਹੜੀ ਚੈਂਪੀਅਨਸ਼ਿਪ ਇਨਾਮਾਂ ਦੀ ਗੱਲ ਨਹੀਂ ਹੁੰਦੀ, ਇਨਾਮ ਵੀ ਤੁਹਾਨੂੰ ਦੱਸਦੇ ਜਿਹੜੇ ਰੱਖੇ ਆ, ਪਰ ਇਹਨੂੰ ਇਹ ਮੰਨ ਕੇ ਨਾ ਚਲੋ ਇਨਾਮ ਕੋਈ ਵੱਡਾ ਛੋਟਾ ਹੁੰਦਾ, ਪਰ ਇਹਦੇ 'ਚ ਸਰਟੀਫਿਕੇਟ ਅਤੇ ਉਹਦਾ ਨੰਬਰਾਂ 'ਤੇ ਆਉਣਾ। ਮੈਂ ਸਮਝਦਾ ਜਿਹੜਾ 10ਵੇਂ ਨੰਬਰ 'ਤੇ ਵੀ ਗਾਂ ਆਉਂਦੀ ਆ ਉਹਦੀ ਗਾਂ ਵੀ ਬਹੁਤ ਵਧੀਆ ਰੇਟ 'ਚ ਵਿਕਦੀ ਆ ਆਉਣ ਵਾਲੇ ਟਾਈਮ 'ਚ, ਉਹਦੇ ਫਾਰਮ ਦੀਆਂ ਗਾਈਆਂ ਬਹੁਤ ਵਧੀਆ ਵਿਕਦੀਆਂ ਨੇ, ਮਤਲਬ ਇੱਕ ਪ੍ਰਮੋਸ਼ਨ ਹੁੰਦੀ ਆ ਉਸ ਫਾਰਮ ਦੀ। ਤੇ ਜੇ ਹੁਣ ਆਪਾਂ ਬਰੀਡਰਾਂ ਬਰੀਡਰਾਂ ਨੂੰ ਹੈ ਕਿ ਆਪਾਂ ਆਪਣੇ ਜਾਨਵਰ ਸ਼ੋ ਕਰਨੇ ਚਾਹੀਦੇ ਆ, ਆਪਣੇ ਫਾਰਮ ਨੂੰ ਦੱਸਣਾ ਚਾਹੀਦਾ ਕਿੱਥੇ ਆ, ਉਹ ਤਾਂ ਹੀ ਪਤਾ ਲੱਗਦਾ ਜਿਹੜਾ ਮੇਲਿਆਂ 'ਚ ਆਉਂਦਾ ਜਿਹੜਾ ਕੰਪੀਟੀਸ਼ਨ ਲੜਦਾ ਉਹਦੇ ਬਾਰੇ ਸਾਰੀ ਦੁਨੀਆ ਨੂੰ ਪਤਾ ਲੱਗਦਾ, ਸਾਰੇ ਦੇਸ਼ ਨੂੰ ਆਪਣੇ ਵਧੀਆ ਫਾਰਮਰਾਂ ਨੂੰ ਪਤਾ ਲੱਗਦਾ ਵੀ ਇਹ ਬੰਦੇ ਦੇ ਫਾਰਮ ਆ ਉੱਤੇ, ਜੇ ਕਿਸੇ ਨੇ ਵਧੀਆ ਗਾਂ ਲੈਣੀ ਹੈ ਤਾਂ ਇਹਦੇ ਕੋਲੋਂ ਲੈਣੀ ਆ। ਤੇ ਤੁਹਾਨੂੰ ਪਤਾ 10ਵੇਂ ਨੰਬਰ ਤੇ ਪਹਿਲੇ ਨੰਬਰ ਵਾਲੀ 'ਚ ਕੋਈ ਕੰਪੀਟੀਸ਼ਨ ਦੇ ਵਿੱਚ ਕੋਈ ਦੁੱਧ ਦਾ ਜ਼ਿਆਦਾ ਫਰਕ ਨਹੀਂ ਹੁੰਦਾ, ਇਸ ਕਰਕੇ 10ਵੇਂ ਨੰਬਰ ਵਾਲੀ ਦੀ ਵੀ ਉਹੀ ਕਦਰ ਪੈਂਦੀ ਆ, ਅਗਲੇ ਕੰਪੀਟੀਸ਼ਨ ਸੋਚ ਕੇ ਲੈਂਦਾ, ਬੱਚੇ ਲੈਣ ਲਈ ਅਗਲਾ ਉਸ ਗਾਂ ਨੂੰ ਲੈਂਦਾ। ਇਸ ਕਰਕੇ ਇਹਨੂੰ ਪਾਰਟਿਸਪੇਟ ਦੇ ਵਿੱਚ ਵਧੀਆ ਤਰੀਕੇ ਨਾਲ ਸਾਰੇ ਜ਼ਰੂਰ ਕਰਿਆ ਕਰੋ। ਮੈਂ ਸਾਰੇ ਜਿੰਨੇ ਆਪਣੇ ਕਿਸਾਨ ਭਰਾ ਵਾ ਜਿੰਨੇ ਆਪਣੇ ਪੀਡੀਐਫ ਦੇ ਮੈਂਬਰ ਆ, ਮੈਂ ਸਾਰਿਆਂ ਨੂੰ ਕਹਿੰਦਾ ਨਾ ਕਿ ਚਾਹੇ 20 ਗਾਈਆਂ ਵਾਲਾ ਵਾ, ਜੇ ਉਹ ਇਹ 'ਚ ਪਾਰਟੀਸਪੇਟ ਕਰਦਾ ਤਾਂ ਉਹ 200 ਗਾਂ ਵਾਲੇ ਨਾਲੋਂ ਵੀ ਵਧੀਆ ਗਾਈਆਂ ਵੇਚਦਾ। ਤੁਸੀਂ ਦੇਖਦੇ ਹੋ ਬਹੁਤ ਫਾਰਮਰ ਆ ਜਿਹੜੇ ਪੱਕੇ ਪਾਰਟੀਸਪੇਟ ਕਰਦੇ, ਉਹਨਾਂ ਦੀ ਗਾਈਆਂ ਬਹੁਤ ਵਧੀਆ ਵੱਧ 3 ਗੁਣਾ 4 ਗੁਣਾ ਰੇਟ 'ਚ ਵੀ ਵਿਕਦੀਆਂ ਨੇ। ਤੇ ਇਹ ਐਜ਼ ਅ ਬਰੀਡਰ ਆਪਾਂ ਨੂੰ ਆਪਣੇ 'ਚ ਕੰਪੀਟੀਸ਼ਨ 'ਚ ਜ਼ਰੂਰ ਹਿੱਸਾ ਲੈਣਾ ਚਾਹੀਦਾ। ਤੇ ਇਹਦੇ ਵਿੱਚ ਜਿਹੜੀਆਂ ਆਪਾਂ ਪਿਛਲੀ ਜਿਹੜੀ ਚੈਂਪੀਅਨਸ਼ਿਪ ਹੁੰਦੀ, ਆਪਾਂ 3 ਕੈਟਾਗਰੀਆਂ ਰੱਖਦੇ ਸੀਗੇ, ਇੱਕ ਐਚ ਐਫ ਵੱਡੀਆਂ ਗਾਈਆਂ ਦੀ, ਇੱਕ ਦੋਂਦੀਆਂ ਐਚ ਐਫ ਦੀ, ਤੇ ਇੱਕ ਜਰਸੀ ਦੀ। ਐਤਕੀ ਆਪਣੇ 5 ਕੈਟਾਗਰੀਆਂ, ਆਪਾਂ ਮੱਝਾਂ ਵਾਲੇ ਵੀਰਾਂ ਦੀ ਬੇਨਤੀ ਸੀ ਉਹਨਾਂ ਨੂੰ ਵੀ ਨਾਲ ਇਹਦੇ ਵਿੱਚ ਆਪਾਂ ਕੀਤਾ ਮੁਰਾ ਤੇ ਨੀਲੀ ਰਾਵੀ। 5 ਕੈਟਾਗਰੀਆਂ ਦੀ ਇਹ ਚਵਾਈ ਹੋਊਗੀ। ਪਹਿਲੀ ਜਿਹੜੀ ਚਵਾਈ ਆ ਉਹ ਐਚ ਐਫ ਗਾਈਆਂ ਜਿਹੜੀਆਂ ਆਪਣੀਆਂ ਵੱਡੀਆਂ ਉਹਨਾਂ ਦੀ ਆ, ਉਹਨਾਂ ਦਾ ਪਹਿਲਾ ਨਾਮ 1.25 ਲੱਖ ਆ, ਦੂਜਾ ਨਾਮ 75,000, ਐਂਡ ਤੱਕ 10ਵਾਂ ਨਾਮ 10,000 ਆ, ਹੈ ਨਾ। ਇਸੇ ਤਰੀਕੇ ਨਾਲ ਜਿਹੜੀ ਸੈਕੰਡ ਕੈਟਾਗਰੀ ਆਪਣੀ ਐਚ ਐਫ ਗਾਈਆਂ 2 ਦੰਦ ਆ, ਉਹ 4 ਦੰਦ ਇਹਦੇ ਵਿੱਚ ਨਹੀਂ ਹੁੰਦੀ, ਮੇਲੇ 'ਚ ਆਪਣੀ 2 ਦੰਦ ਅਤੇ 4 ਦੰਦ ਹੁੰਦੀਆਂ ਨੇ। ਤੇ ਇਹਦੇ ਵਿੱਚ ਆਪਣੀ 2 ਦੰਦ ਦੀ ਹੈਗੀ, 2 ਦੰਦ ਤੱਕ ਹੀ ਚਵਾਈ, 4 ਦੰਦ ਦੀ ਵੱਡੀਆਂ ਗਾਈਆਂ 'ਚ ਲੜੂਗੀ, 4 ਦੰਦ ਵਾਲੀ 2 ਦੰਦ ਤੱਕ ਵਾਲੀਆਂ ਲੜਨਗੀਆਂ। ਇਹਦੇ 'ਚ ਪਹਿਲਾ ਨਾਮ 1 ਲੱਖ ਰੁਪਈਆ, ਦੂਜਾ 51, ਫਿਰ ਇਸੇ ਤਰੀਕੇ ਨਾਲ ਐਂਡ 'ਤੇ ਆ ਕੇ 10,000 ਰੁਪਈਆ, ਹੈ ਨਾ। ਤੇ ਇਹ ਇਸ ਤਰੀਕੇ ਸਾਰੀ ਕੈਟਾਗਰੀ ਮੱਝਾਂ ਦੀ ਵੀ ਐਵੇਂ ਆ, ਕੈਟਾਗਰੀ 1 ਲੱਖ ਰੁਪਈਆ, ਮੁਰਾ ਦੀ 1 ਲੱਖ ਰੁਪਈਆ ਪਹਿਲਾ ਨਾਮ, ਦੂਜੀ ਨੀਲੀ ਰਾਵੀ ਦਾ, ਜਰਸੀ ਦਾ ਵੀ 1 ਲੱਖ ਰੁਪਈਆ ਪਹਿਲਾ ਨਾਮ, ਇਸ 10ਵਾਂ ਨਾਮ 10,000, ਦਸ ਨਾਮ ਤੱਕ ਇਹ ਹੋਣਗੇ ਜੀ ਸਾਰੇ ਨਾਮ। ਤੇ ਇਹਦੇ ਵਿੱਚ ਜਿਹੜਾ ਟੈਂਟਾਂ ਦਾ ਪ੍ਰਬੰਧ ਤੇ ਉੱਥੇ ਜਿਹੜਾ ਮੱਝਾਂ ਵਾਲੇ ਫੋਡਰ ਪਾਉਂਦੇ ਆ ਉਹਨਾਂ ਦਾ ਪ੍ਰਬੰਧ ਉੱਥੇ ਹੋਊਗਾ, ਤੇ ਕੈਮਰੇ ਹਰ ਚੀਜ਼ ਦਾ ਪ੍ਰਬੰਧ ਹੋਊ, ਤਾਂ ਕਿ ਕੋਈ ਉੱਥੇ ਕੋਈ ਜਿਹੜਾ ਟੀਕਾ ਲੱਗਣ ਦੀ ਜਿਵੇਂ ਆਪਾਂ ਰੋਕਥਾਮ ਕੀਤੀ ਹੈ ਪਹਿਲਾਂ ਤੋਂ, ਹੋਰ ਵੀ ਮਜ਼ਬੂਤੀ ਨਾਲ ਕੀਤੀ, ਉਹ ਕੋਈ ਟੀਕਾ ਨਹੀਂ ਲੱਗਣ ਦਿੱਤਾ ਜਾਊਗਾ, ਉਹਦੀ ਪੂਰੀ ਨਿਗਰਾਨੀ ਕੀਤੀ ਜਾਊਗੀ। ਇਸ ਕਰਕੇ ਜਿਹੜੀ ਉਹਦੀ ਆਪਣੀ ਐਂਟਰੀ ਹੈ 13 ਤਰੀਕ ਹੈ ਨਾ, 13 ਤਰੀਕ ਦੀ ਐਂਟਰੀ ਆਪਣੀ ਹੋਣੀ ਹੈ, 13 ਤਰੀਕ ਤੋਂ ਬਾਅਦ ਐਂਟਰੀ ਨਹੀਂ ਹੋਣੀ, 13 ਤਰੀਕ ਨੂੰ ਸਾਰੇ ਪਸ਼ੂਆਂ ਦੀ ਐਂਟਰੀ ਹੋਊਗੀ। ਤੇ ਇੱਕ ਵੱਡੀ ਗੱਲ ਆ ਕਿ ਜਿਹੜੇ ਕੰਪੀਟੀਸ਼ਨ ਆਊਗਾ ਇਹਦੀ ਪ੍ਰਮੋਸ਼ਨ ਬਹੁਤ ਕੀਤੀ ਜਾਊਗੀ, ਜਿਹੜੀਆਂ ਇਹ ਚੈਂਪੀਅਨਸ਼ਿਪ 'ਚ ਗਾਈਆਂ ਆਉਣਗੀਆਂ, ਸਾਡਾ ਜੋਰੂ ਜਿਹੜੇ ਬੰਦੇ ਉੱਥੇ ਜਾ ਕੇ ਮਿਹਨਤ ਕਰਦੇ ਆ, ਜੇ 10ਵੇਂ ਨੰਬਰ 'ਤੇ ਵੀ ਗਾਂ ਦੀ ਪੂਰੀ ਪ੍ਰਮੋਸ਼ਨ, ਉਹਦੇ ਫਾਰਮ ਦੀ ਪ੍ਰਮੋਸ਼ਨ ਕੀਤੀ ਜਾਊਗੀ, ਆਪਣੇ ਪਲੇਟਫਾਰਮ ਤੋਂ ਵੀ ਕੀਤੀ ਜਾਊ, ਹੋਰ ਪਲੇਟਫਾਰਮਾਂ ਤੋਂ ਵੀ ਕੀਤੀ ਜਾਊਗੀ। ਤੇ ਜਿਹੜਾ ਆਪਣਾ ਮੇਲਾ ਆਊਗਾ ਉਹਦੇ ਵਿੱਚ ਇਹਨਾਂ ਨੂੰ ਪੂਰੀ ਡਿਸਪਲੇ ਲਈ ਜਗ੍ਹਾ ਦਿੱਤੀ ਜਾਊਗੀ, ਜੇ ਕੋਈ ਜਾਨਵਰ ਲੈ ਕੇ ਡਿਸਪਲੇ ਕਰਨਾ ਚਾਹੁੰਦਾ ਉਹਨੂੰ ਵੀ ਜਗ੍ਹਾ ਦਿੱਤੀ ਜਾਊਗੀ, ਨਹੀਂ ਤਾਂ ਉਹਦੇ ਵਧੀਆ ਬੋਰਡ ਲਾ ਕੇ ਉਹਦੀ, ਤਾਂ ਕਿ ਉਹਨੂੰ ਦੱਸਿਆ ਜਾਊਗਾ ਵੀ ਮਿਲਕਿੰਗ ਚੈਂਪੀਅਨਸ਼ਿਪ 'ਚ ਆਹ ਗਾਈਆਂ ਤੇ ਆਹ ਮੱਝਾਂ 9ਵੇਂ ਨੰਬਰ 'ਤੇ ਆਈਆਂ, ਤਾਂ ਕਿ ਉਹਨਾਂ ਦਾ ਜਿਹੜਾ ਕੰਪੀਟੀਸ਼ਨ ਲੜਨ ਦਾ ਉਹਨਾਂ ਦਾ ਜਿਹੜਾ ਮਕਸਦ ਆ ਉਹ ਪੂਰਾ ਹੋ ਸਕੇ, ਉਹਨੂੰ ਪੂਰਾ ਐਡਵਰਟਾਈਜ਼ ਕੀਤਾ ਜਾਊਗਾ, ਤਾਂ ਕਿ ਲੋਕ ਉਹਨਾਂ ਤੱਕ ਪਹੁੰਚ ਸਕਣ, ਫਾਰਮਰ ਜਿਹੜੇ ਕੋਈ ਦੂਜੀਆਂ ਸਟੇਟਾਂ ਵਾਲੇ ਗਾਈਆਂ ਮੱਝਾਂ ਲੈਣ ਵਾਲੇ ਆ ਉਹਨਾਂ ਤੱਕ ਪਹੁੰਚ ਸਕਣ। ਇਹ ਸਾਰੇ ਪ੍ਰਬੰਧ ਪੂਰੇ ਪੁਖਤਾ ਕੀਤੇ ਜਾਣਗੇ। ਹੋਰ ਕੋਈ ਦੱਸੋ, ਕੋਈ ਆਪਣੇ ਕੋਈ ਹਾਂਜੀ, ਹਾਂ ਪਸ਼ੂ ਮੰਡੀ ਜਗਰਾਉਂ ਦੇ ਵਿੱਚ ਇਹ ਆਪਣਾ ਮੇਲਾ ਹੋਊਗਾ, ਤੇ ਕੋਈ ਹੋਰ ਆਪਾਂ ਹਾਂਜੀ ਮੈਡੀਸਨ ਉੱਥੇ ਹੋਊਗੀ, ਮੈਡੀਸਨ ਵਾਲੀ ਆਪਣੀ ਕਮੇਟੀ ਆ, ਮੈਡੀਸਨ ਪ੍ਰੋਪਰ ਹੋਊ, ਕੈਮਰੇ ਦਾ ਪ੍ਰੋਪਰ ਪ੍ਰਬੰਧ ਹੋਊਗਾ, ਹਰ ਪ੍ਰਬੰਧ ਪੂਰਾ ਹੋਊਗਾ, ਤੁਸੀਂ ਪਾਰਟਿਸਿਪੇਟ ਕਰਨਾ। ਕੋਈ ਹੈ ਕੋਈ ਵਿਚਾਰ, ਕੋਈ ਦੱਸਣ ਹਾਂਜੀ, ਕੋਈ ਸਾਰੇ ਹੋ ਗਏ ਕੰਪਲੀਟ? ਠੀਕ ਹੈ ਜੀ, ਬਸ ਅਸੀਂ ਤੁਹਾਡੇ ਲਈ ਇਹ, ਆਪਣੇ ਫਾਰਮਰਾਂ ਲਈ ਇਹ, ਸਾਰਿਆਂ ਨੇ, ਕਿਉਂਕਿ ਇੱਕ ਕਮੇਟੀ ਲਈ ਵੀ 7 ਦਿਨ ਮੁੜ ਕੇ ਉੱਥੇ ਰਹਿਣਾ ਬਹੁਤ ਵੱਡਾ ਗੱਲ ਹੁੰਦੀ ਹੈ, ਸਾਰਿਆਂ ਨੂੰ ਡਬਲ ਡਿਊਟੀਆਂ ਦੇਣੀਆਂ ਪੈਂਦੀਆਂ, ਮਿਹਨਤ ਕਰਨੀ ਪੈਂਦੀ ਆ, ਤੇ ਸਾਰਿਆਂ ਨੇ ਆਪਣੇ ਕੰਮ ਛੱਡ ਕੇ ਉੱਥੇ ਆਉਣਾ, ਤੇ ਮੇਰੀ ਬੇਨਤੀ ਹੈ ਵੀ ਇਹ ਨਾ ਸੋਚੋ ਵੀ ਮੇਰੀ 10ਵੇਂ ਨੰਬਰ ਤੇ ਆਊਗੀ, ਪਾਰਟਿਸਿਪੇਟ ਕਰਨਾ ਹੀ ਇੱਕ ਬੜੀ ਵੱਡੀ ਗੱਲ ਆ, ਜਿਹੜੇ ਪਾਰਟਿਸਿਪੇਟ ਕਰਨਗੇ ਉਹਨਾਂ ਦਾ ਪੂਰਾ ਆਦਰ ਮਾਣ ਸਤਿਕਾਰ ਕੀਤਾ ਜਾਊਗਾ, ਪੂਰਾ ਉਹਨਾਂ ਧਿਆਨ, ਉਹਨਾਂ ਦਾ ਪੂਰਾ ਧਿਆਨ ਦਿੱਤਾ ਜਾਊਗਾ, ਤੇ ਉਹਨਾਂ ਨੂੰ ਪ੍ਰਮੋਟ ਵੀ ਪੂਰਾ ਕੀਤਾ ਜਾਊਗਾ, ਤੇ ਜ਼ਰੂਰ ਜੀ ਸਾਰੇ ਜਣੇ ਪਹੁੰਚੋ, ਹੈਂਜੀ।
ਤੇ ਅਖੀਰਲੇ ਦਿਨ ਜਿਹੜਾ ਆਪਣਾ ਹੋਊਗਾ ਉਸ ਦਿਨ ਜਿਹੜੀ ਆਪਣੀ ਮੀਟਿੰਗ ਆ ਪੀਡੀਐਫ ਦੀ ਉਹ ਜਿਹੜੀ ਦਸੰਬਰ ਵਾਲੀ ਮੀਟਿੰਗ ਉੱਥੇ ਹੀ ਹੋਊਗੀ ਔਰ ਉਹਦੇ 'ਚ ਵੱਧ ਤੋਂ ਵੱਧ ਫਾਰਮਰ ਭਾਗ ਲੈਣਗੇ ਉਹਨਾਂ ਨੂੰ ਜ਼ਿਆਦਾ ਉਹਦੇ 'ਚ ਕੋਸ਼ਿਸ਼ ਹੋਊਗੀ ਵੱਧ ਤੋਂ ਵੱਧ ਫਾਰਮਰ ਲਾਸਟ ਡੇ ਨਾਲੇ ਤਾਂ ਕੰਪੀਟੀਸ਼ਨ ਦੇਖ ਲੈਣ ਅਤੇ ਨਾਲੇ ਉਹ ਉੱਦਣ ਇਨਾਮ ਵੰਡ ਵੀ ਹੋਊਗਾ ਅਤੇ ਨਾਲ ਹੀ ਸੈਮੀਨਾਰ ਵੀ ਹੋਊਗਾ ਅਤੇ ਵਧੀਆ ਲੈਕਚਰ ਵੀ ਹੋਣਗੇ ਅਤੇ ਸਾਰਾ ਪ੍ਰਬੰਧ ਉੱਦਣ ਕੀਤਾ ਜਾਊਗਾ ਜੀ। ਧੰਨਵਾਦ ਜੀ।